ਆ ਸਾਰੇ ਟਰੱਕ ਜੀਰਾ ਰੋਡ ਤੇ ਹਲੇ ਪੰਪ ਆ ਇੱਕ ਉੱਥੇ ਰਾਤ ਦਾ ਖੜਾ ਸੀਗਾ ਕਿਤੇ ਰਾਤ ਲਾਉਣ ਵੀ ਗਏ ਆ ਪਰ ਕਿਸੇ ਨੇ ਇਹਨਾਂ ਨੂੰ ਲਵਾਇਆ ਨਹੀਂ ਗਾ ਜਦੋਂ ਸੁਬਾ ਸਾਡੇ ਪਿੰਡ ਦੇ ਪਿੰਡ ਵਾਸੀ ਖੇਤਾਂ ਨੂੰ ਜਾਣ ਲੱਗੇ ਤੇ ਡਰਾਈਵਰ ਕੁਜੱਟੀ ਰੋਡ ਤੇ ਖੜਾ ਫੋਨ ਤੇ ਗੱਲਾਂ ਕਰੀ ਜਾਂਦਾ ਵੀ ਟਰੱਕ ਮੇਰਾ ਮਾਲ ਨਹੀਂ ਕਿਤੇ ਲਿਆ ਇਹਨੂੰ ਆ ਕੇ ਲਵਾਓ ਵੀ ਕਿੱਥੇ ਲਾਉਣਾ ਵਾ ਉਹ ਸੁਣ ਕੇ ਉਹਨੇ ਜਦੋਂ ਸਾਨੂੰ ਫੋਨ ਲਾਇਆ ਵੀ ਐਂ ਕਰਕੇ ਟਰੱਕ ਮੈਨੂੰ ਯੂਪੀ ਦਾ ਲੱਗਦਾ ਨੰਬਰ ਦੇਖ ਲਿਆ ਵੀ ਇਹ 2 ਨੰਬਰ ਦਾ ਮਾਲ ਹੈ ਵੀ ਦੇਖੋ ਇਹਨੂੰ ਆ ਕੇ ਜਦੋਂ ਆ ਕੇ ਇਹਦੇ ਕੋਲ ਪੁੱਛਿਆ ਪਹਿਲਾਂ ਨਹੀਂ ਪੁੱਛਦਾ ਪੂਰੀ ਕੀਤੀ ਵੀ ਦੱਸੋ ਭਾਈ ਕਿੱਥੋਂ ਆਇਆ ਕਿਵੇਂ ਆਇਆ ਤੂੰ ਕਿੱਥੇ ਲਾਉਣਾ ਇਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਰਾਹ ਚੋਂ ਟਰੱਕ ਫੜਾਤਾ ਕਿਸੇ ਨੇ ਮੈਂ ਤਾਂ ਲੈ ਕੇ ਆ ਗਿਆ ਵਾਂ ਖਾਊ ਦਾ ਬੋਲਦੇ ਆ ਪਰ ਉੱਥੇ ਅਸੀਂ ਪੁੱਛਦਾ ਸਿਰਫ ਕਰਦੇ ਰਹੇ ਹਾਂ ਪਰ ਸਾਨੂੰ ਇਹਨੇ ਕੋਈ ਸ਼ਰਾ ਪਤਾ ਨਹੀਂ ਕਿਹੜੇ ਸੇਲਰ ਜਾਣਾ ਕਿੱਥੇ ਲਾਉਣਾ ਸਾਡੇ ਜੀਰਾ ਰੋਡ ਤੇ ਸੇਲਰ ਬਹੁਤ ਆ ਪਰ ਇਹਨੇ ਦੱਸਿਆ ਨਹੀਂ ਸਾਨੂੰ ਅਸੀਂ ਕਿਹਾ ਵੀ ਇੱਥੇ ਹੀ ਲਊਗਾ ਹੋਰ ਤਾਂ ਕਿਤੇ ਲੈਣਾ ਨਹੀਂ ਇਹਨੇ ਨਾ ਦੱਸਿਆ ਫਿਰ ਅਸੀਂ ਉੱਥੇ ਆਪਦੀ ਮੀਟਿੰਗ ਕੀਤੀ ਸਾਰੀ ਪੰਚਾਇਤ ਨੇ ਜੁਣੀ ਜਾਂਦੇ ਵੀ ਇਹਨੂੰ ਮੰਡੀ 'ਚ ਲੈ ਚੱਲੋ ਜਿੱਥੇ ਆਪਣਾ ਪ੍ਰੋਪਰ ਦਾਣਾ ਚੱਲਦਾ ਜੀ ਉੱਥੇ ਖੜਾਓ ਲਿਜਾ ਕੇ ਇੱਥੇ ਲਿਆਂਦਾ ਅਸੀਂ ਇਸੇ ਵੀ ਇਹਨੂੰ ਪੁੱਛਦਾ ਸੀ ਕਿ ਨਾ ਦੱਸਿਆ ਪਰ ਖੀਰ ਨੂੰ ਇਹਨੇ ਮੈਨੂੰ ਫੋਨ 'ਤੇ ਗੱਲ ਕਰਾਤੀ ਵੀ ਟਰੱਕ ਉੱਥੇ ਲੁਧਿਆਣੇ ਦਾ ਕੋਈ ਸੀਗਾ ਉਹ ਤਾਂ ਗੱਲ ਕਰਾਈ ਮੈਂ ਲੁਧਿਆਣੇ ਆ ਰਿਹਾ 2 ਘੰਟੇ ਤੱਕ ਤੁਹਾਡੇ ਕੋਲੇ ਤੇ ਮੈਂ ਟਰੱਕ ਮੰਗਾਇਆ ਕੋਈ ਨਹੀਂ ਆ ਕੇ ਜਿਵੇਂ ਹੁਣ ਮੈਂ ਬਹਿ ਕੇ ਨਿਬੜਦਾ ਕਿੰਨੀ ਦੇਰ ਹੋ ਗਈ ਗੱਲ ਹੋਈ ਨੂੰ ਤੁਹਾਡੇ 2 ਘੰਟੇ ਹੋ ਗਈ ਗੱਲ 9 ਵਜੇ ਦੀ ਕੀਤੀ ਜੀ ਹੁਣ ਤਾਂ 1 ਵਜੇ ਲੱਗਾ 2 ਘੰਟੇ ਬਹੁਤ ਲੰਘ ਗਏ ਆ ਤੇ ਇਹਦੇ ਡਰਾਈਵਰ ਨੇ ਤੁਹਾਨੂੰ ਕੋਈ ਬੈਕ ਕੀ ਬਿਲਟੀ ਕੁਝ ਬਿਲ ਦਾ ਬਿਲ ਦਿੱਤੇ ਆ ਜੀ ਆਹ ਇਹ ਤੇ ਹੁਣ ਤੁਹਾਨੂੰ ਡੁਪਲੀਕੇਟ ਆ ਜੀ ਕੁਝ ਨਹੀਂ ਪਤਾ ਲੱਗਦਾ ਕੀ ਹੈਗਾ ਕੋਈ ਫੋਨ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਸਿਰਫ ਉਹ 700 ਦਾ ਨੰਬਰ ਇੱਕ ਦੇ ਉਹ ਹੀ ਲੱਗਦਾ ਇਹ ਤਾਂ ਕੋਈ ਨਹੀਂ ਲੱਗ ਰਿਹਾ ਪੂਰੀ ਲਾ ਲਾ ਕੇ ਜਿਹੜੇ ਬਿਲ ਦੇ ਉੱਤੇ ਨੰਬਰ ਲਿਖੇ ਆ ਕੋਈ ਲੱਗਦਾ ਕੋਈ ਨਹੀਂ ਲੱਗ ਰਿਹਾ ਸਰ ਕੋਈ ਨਹੀਂ ਲੱਗ ਰਿਹਾ ਇਹ ਤੇ ਕੋਈ ਫੋਨ ਨਹੀਂ ਨੰਬਰ ਲੱਗ ਰਿਹਾ ਜੀ ਸਰ ਤੁਸੀਂ ਇਹਦੀ ਸੂਚਨਾ ਕਿਸੇ ਅਧਿਕਾਰੀ ਨੂੰ ਸੂਚਨਾ ਜੀ ਪਹਿਲਾਂ ਅਸੀਂ ਉਹ ਤੇ ਡੀ ਕੀਤੀ ਚਲੋ ਆਉਂਦੇ ਆ ਬੰਦੇ ਹੁਣ ਅਸੀਂ ਫਿਰ ਮਾਰਕ ਕਮੇਟੀ ਨੂੰ ਫੋਨ ਲਾਤਾ ਵਾ ਉਹ ਵੀ ਆਉਣਗੇ ਚੇਅਰਮੈਨ ਨੂੰ ਲਾਤਾ ਹੋਰ ਵੀ ਆਉਣਗੇ ਅਫਸਰ ਤੇ ਥਾਣੇ ਵੀ ਸੂਚਨਾ ਕਰਾਂਗੇ ਅਸੀਂ ਪਰ ਜਿਹੜੀ ਬੰਦੀ ਕਾਰਵਾਈ ਇੱਥੇ ਕਰਾਵਾਂਗੇ ਜਿੱਥੇ ਜੇ ਲਾਣਾ ਜੋ ਕਿੰਨੀ ਬੋਰੀ ਹੋਊਗੀ ਝੋਨੇ ਦੀ 600 ਬੋਰੀ ਕਹਿੰਦੇ ਆ ਜੀ 600 ਬੋਰੀ ਜਮਾ ਬੋਰੀ ਝੋਨਾ ਕਰਦਾ ਹੀ ਫੱਕਾ ਜਮਾ ਸਾਡਾ ਝੋਨਾ ਬਹੁਤ ਸੋਹਣਾ ਆਉਂਦਾ ਮਿੱਟੀ ਚੱਕੀ ਫਿਰਦੇ ਆ ਜਿਹੜੀ ਕੀ ਪਤਾ ਨਹੀਂ ਕਿਵੇਂ ਲਿਆਂਦਾ ਸਾਡੇ ਝੋਨੇ ਵੱਢਣ ਵਾਲੇ ਖੜੇ ਹਜੇ ਇਹ ਸੇਲਰ ਪਹਿਲੇ ਹੀ ਭਰ ਜਾਂਦੇ ਲਿਆ ਲਿਆ ਕੇ ਪਤਾ ਨਹੀਂ ਕਿੱਥੋਂ ਮਾਲ ਆਉਂਦਾ ਵਾ ਇਹ ਤੁਹਾਨੂੰ ਕੀ ਲੱਗਦਾ ਸਰਪੰਚ ਸਾਹਿਬ ਵੀ ਕਿਸੇ ਸ਼ੈਲਰ ਦੇ ਮਾਲਕ ਦਾ ਹੋਊਗਾ ਮਾਲ ਸ਼ੈਲਰ ਤਾਂ ਹੋਣਾ ਸਰ ਹੋ ਤਾਂ ਕਿਤੇ ਜਾਣਾ ਹੀ ਨਹੀਂ ਸ਼ੈਲਰ ਜੀ ਜਾਣਾ ਹੋ ਤਾਂ ਕਿਤੇ ਲੈਣਾ ਹੀ ਨਹੀਂ ਕਿਸੇ ਲਾਉਣਾ ਹੀ ਨਹੀਂ ਇਹ ਪਤਾ ਹੀ ਆਪਾਂ ਨੂੰ ਸ਼ੈਲਰ ਵੱਲੋਂ ਜਿਹੜਾ 2 ਨੰਬਰ ਦਾ ਕੰਮ ਤੁਹਾਡੇ ਹਿਸਾਬ ਨਾਲ ਕੀਤਾ ਜਾ ਰਿਹਾ ਹਾਂ 2 ਨੰਬਰ ਦਾ 2 ਨੰਬਰ ਦਾ ਸ਼ੈਲਰ ਹੀ ਮਰੀ ਜਾਂਦੇ ਸ਼ੈਲਰ ਮਰੀ ਜਾਂਦੇ ਆ ਜੀ ਇਹ ਲਿਆਉਂਦੇ ਆ ਉੱਤੋਂ ਪਤਾ ਨਹੀਂ ਕਿਵੇਂ ਲਿਆਉਂਦੇ ਆ ਇਹ ਸਾਡੇ ਝੋਨਾ ਵੀ ਰਵਾ ਝੋਨਾ ਆਪਣੇ ਸਾਹਮਣੇ ਪਿਆ ਜੀ ਕਿਹੋ ਜਿਹਾ ਸਾਡੇ ਝੋਨੇ ਕਿੰਨੇ ਸੋਹਣੇ ਖੜੇ ਹਜੇ ਕੱਟਣ ਵਾਲੇ ਖੜੇ ਸਾਡੇ ਝੋਨੇ ਤਾਂ ਜੀ ਬਹੁਤ ਸੋਹਣੇ ਖੜੇ ਆ ਤੇ ਬਾਹਰੋਂ ਮਗਾ ਮਗਾ ਕੇ ਸ਼ੈਲਰ ਭਰੀ ਜਾਂਦੇ ਆ ਹੁਣ ਕਿੰਨੇ ਕਿਸਾਨ ਹੈਗੇ ਜਿਹੜੇ ਮੰਡੀ 'ਚ ਟਰੱਕ ਰੋਕ ਸਾਰਾ ਬਾਟਾ ਦੁਨੀਆ ਨਾ ਜਿੰਨੀਆਂ ਪ੍ਰੋਪਰ ਮਚਾਏ ਸਾਰੇ ਖੜੇ ਆ ਹਜੇ ਅਸੀਂ ਸੂਚਨਾ ਨਹੀਂ ਕੀਤੀ ਸਾਡੀ ਦੁਨੀਆ ਸਾਡੀ ਧਰਨਾ ਲਾਈ ਬੈਠੀ ਆ ਡਾਨੀ 'ਚ ਉੱਥੇ ਅਸੀਂ ਜਦੋਂ ਕੱਟਦਾ ਸਾਰੇ ਆਉਣਗੇ ਪ੍ਰੋਪਰ ਪਹੁੰਚਾਂਗੇ ਇਹ ਮਸਲਾ ਜੀ ਮੈਂ ਲਖਵੀਰ ਸਿੰਘ ਜਨ ਸੈਕਟਰੀ ਗ੍ਰਾਮ ਗਰੁੱਪ ਭਾਰਤ ਕਿਸਾਨ ਯੂਨੀਅਨ ਏਕਤਾ ਮੈਂ ਉਸ ਟਾਈਮ ਦੇ ਉੱਤੋਂ ਜਦੋਂ ਮੇਰੇ ਸਾਥੀਆਂ ਨੇ ਮੇਰੇ ਪਿੰਡ ਦੇ ਮੋਹਤਵਾਰ ਲੋਕਾਂ ਨੇ ਟਰੱਕ ਘੇਰਿਆ ਤਾਂ ਉਸ ਟਾਈਮ ਮੈਂ ਘਰ ਦੇ ਘਰੇ ਸੀਗਾ ਸੋ ਮੈਨੂੰ ਇੱਥੋਂ ਫੋਨ ਗਿਆ ਫੋਨ ਜਾਣ 'ਤੇ ਪਤਾ ਲੱਗਾ ਤਾਂ ਅਸੀਂ ਵੀ ਇੱਥੇ ਪੰਪ ਦੇ ਉੱਤੇ ਆਏ ਔਰ ਆ ਕੇ ਜਦੋਂ ਵੇਖਿਆ ਵੀ ਇਹ ਝੋਨਾ ਜਿਹੜਾ ਕਿ ਬਾਹਰੋਂ ਆਇਆ ਹੋਇਆ ਸੀ ਬਾਹਰੋਂ ਆਇਆ ਸੀ ਕਿ ਇਹ ਜਿਹੜਾ ਝੋਨਾ ਸੀ ਬਾਰਾਬੰਕੀ ਤੋਂ ਬਾਹਰ ਯੂਪੀ ਤੋਂ ਆਇਆ ਹੋਇਆ ਸੀਗਾ ਝੋਨਾ ਜਦੋਂ ਅਸੀਂ ਇਹਨਾਂ ਦੇ ਸਾਰੇ ਕਾਗਜ਼ ਪੱਤਰ ਵੇਖੇ ਤਾਂ ਪਤਾ ਲੱਗਾ ਯੂਪੀ ਤੋਂ ਆਏ ਇਹ ਝੋਨਾ ਬਹੁਤ ਮਾੜਾ ਹੈ ਜਦਕਿ ਸਾਡਾ ਝੋਨਾ ਅਜੇ ਘੱਟ ਤੋਂ ਘੱਟ ਵੀ ਸਾਡਾ 80% ਝੋਨਾ ਅਜੇ ਵੱਢਣ ਵਾਲਾ ਪਿਆ ਔਰ ਸਾਡਾ ਝੋਨਾ ਜਿਹੜਾ ਪਰ ਸੋਨੇ ਵਰਗਾ ਹੈ ਸਾਨੂੰ ਉਹ ਵੀ ਖਾਸਾ ਹੈ ਵੀ ਜੇ ਬਾਹਰੋਂ ਝੋਨਾ ਇਹਨਾਂ ਨਾਲ ਆ ਕੇ 100-200 ਟਰੱਕ 400 ਨੇਰੇ ਕੋਲੇ ਆ ਕੇ ਝੋਨਾ ਜੇ ਇੱਥੇ ਵਿਕਦਾ ਰਿਹਾ ਤਾਂ ਸਾਡਾ ਜਿਹੜਾ ਸਾਡੇ ਕਿਸਾਨਾਂ ਦਾ ਝੋਨਾ ਜਿਹੜਾ ਉਹ ਤਾਂਗੂ ਪਾਲਿਆ ਹੋਇਆ ਝੋਨਾ ਸਾਡੇ ਵਿਕਣ ਦਾ ਇਹ ਖਾਸਾ ਹੈ ਸੋ ਅਸੀਂ ਇਹੋ ਹੀ ਮੰਗ ਕਰਦੇ ਹਾਂ ਜਿਹੜਾ ਬਾਹਰੋਂ ਝੋਨਾ ਆ ਰਿਹਾ ਇਹਨੂੰ ਬੰਦ ਕੀਤਾ ਜਾਵੇ ਔਰ ਸਾਡੀ ਫਸਲ ਹੈ ਜਿਹੜੀ ਸਮੇਂ ਸਿਰ ਇਸ ਨੂੰ ਖਰੀਦਿਆ ਜਾਵੇ ਸੋ ਸਾਡੀ ਕਿਸਾਨ ਜੀ ਉਹਨਾਂ ਨੇ ਇਹੋ ਹੀ ਮੰਗ ਆ ਵੀ ਜੋ ਸਰਕਾਰਾਂ ਇਹ ਚਾਲਾਂ ਚੱਲ ਰਹੀਆਂ ਇਹ ਵਪਾਰੀਆਂ ਨਾਲ ਰਲ ਕੇ ਕਿਸਾਨ ਦੀ ਲੁੱਟ ਕਰਾ ਰਹੀਆਂ ਇਸ ਲੁੱਟ ਨੂੰ ਬੰਦ ਹੋਣਾ ਚਾਹੀਦਾ ਅਸੀਂ ਤਾਂ ਇਹੋ ਮੰਗ ਕਰਦੇ ਇਹਦੇ ਬਾਰੇ ਕੋਈ ਥਾਣੇ ਨੂੰ ਸੂਚਿਤ ਕੀਤਾ ਅਜੇ ਥਾਣੇ ਨੂੰ ਕੋਈ ਸੂਚਿਤ ਕੀਤਾ ਉਹ ਮੈਂ ਪੰਚਾਇਤ ਨਾਲ ਗੱਲਬਾਤ ਕਰਕੇ ਅਸੀਂ ਸਾਰੇ ਆਪਦੇ ਪਿੰਡ ਦੇ ਪੰਚਾਇਤ ਦੇ ਮੁੱਦੇ ਪਰ ਗੱਲ ਕਰਕੇ ਫਿਰ ਸੂਚਿਤ ਕਰਾਂਗੇ ਅਸੀਂ ਇੱਕ ਵਾਰ ਨਹੀਂ ਆਏ ਜੀ ਹਮ ਪੰਪ ਖੜੇ ਤੋ ਸਵੇਰ ਮੈਂ ਗਏ ਥੇ ਹਮ ਸੋ ਰਹੇ ਥੇ ਤੋ ਇਹਨੇ ਜਗਾਏ ਅਬੇ ਇਹ ਕਹਾਂ ਸਾਇਆ ਮੈਨੂੰ ਜੀ ਲਗਨਾ ਹੋ ਸਾਇਆ ਤੋ ਇਹਨੇ ਪਕੜ ਲਿਆ ਹਮ ਵਹਾਂ ਪੇ ਬੋਲੇ ਭਈਆ ਜਾਨ ਵਾਲ ਕਿਉਂ ਲੈ ਗਏ ਜੀ ਅਬ ਮੰਗਾਇਆ ਹੈ ਹਮਾਰੇ ਪਾਸ ਤੋ ਕੀ ਲੈ ਕੇ ਰਹਾ ਹੈ ਧਾਨ ਕਹਾਂ ਸੇ ਲਿਆ ਹੈ ਲਗਨਾ ਹੋ ਸੇ ਜੀਰਾ ਕੇ ਲਿਆ ਮੋਗਾ ਮੈਂ ਕਹਾਂ ਪੇ ਉਤਰਨੇ ਕੋ ਕਹਾ ਥਾ ਆਪਕੋ ਹਮਨੇ ਯਹਾਂ ਪੇ ਜੀਰਾ ਵੀ ਬੋਲੀ ਥੀ ਹਮਾਰੇ ਸੇ ਤੋ ਹਮਨੇ ਇਧਰ ਆ ਕੇ ਕੋਕੋਲ ਕੀ ਹਾਊਸ ਸੇ ਲਿਆ ਤੋ ਉਸਨੇ ਬੋਲਾ ਹੈ लोकल आदमी से बात करा था हमारी तो हमने लोकल आदमी से बात कराई तो उसने जगह का नाम पूछ लिया उससे भाई कहाँ पे है गाड़ी तो उसने बता दिया तो थोड़ी देर बाद कॉल आई हमारे पास कोई बिल वगैरह है तुम्हारे पास जिसने मंगवाया माल हाँ बिल है ना एक कोई गाड़ी आया था कि साथ में और भी गाड़ी था नहीं हमारी अकेली था नहीं तुम्हारे साथ और भी कोई गाड़ी आया था तुम्हारे साथ साथ में हमारी एक ही गाड़ी आई हम तो अकेले आए कितनी धान है उसमें धान कितनी है उसमें बोरी हाँ बोरी बिल्टी पे लिख रहे हैं ना 600 कुछ है 600 कुछ बोरी है हाँ।
क्या बोला वो? बोल रहे हैं हम आ रहे हैं वहाँ पे और तुम वहीं पे रहो। भाई ये किसान वीरां ने अपने ने ट्रक फड़िया गया आया लखनऊ। इन्हां ड्राइवरां दे दसन मुताबक हले भी लखनऊ तो भरिया गया ते जीरे जाना, ठीक है जी। ये 600 वरी झोने की लती भी है ते बाकी ये आप जांच कर रहे हैं हुण, वो तो बाद बनदी कारवाई आप अमल च लियावांगे। कुछ इन्हां ने दस्सिया जी भी किसी पार्टी का नाम वगैरह? नहीं, पार्टी का नाम हले कोई क्लीयर नहीं किया इन्होंने। मैनू मैं मौका जाके क्लीयर कर देना इन्हू नाल लेके जाना भी। हाँ भाई दस तू कित्थे उतारना सी। जिहड़ा बिल है इन्हां दा वह बिल हैगा जीरे जीरे का। ਤੇ ਹੁਣ ਤੁਸੀਂ ਟਰੱਕ ਨੂੰ ਕਸਟਡੀ 'ਚ ਲੈ ਰਹੇ ਹੋ? ਹਾਂਜੀ ਹਾਂਜੀ।